ਬਸ ਮੈਂ ਨੀ ਮਾਰਿਆ ਮੈਂ ਸੱਚੀ ਗੱਲ ਕਹਿੰਦਾ ਮੈਂ ਇੱਕ ਵੀ ਸਾਰੇ ਕਮਰ ਤੇ ਲੱਗੇ ਨੇ ਸਾਰੇ ਕਮਰ ਤੇ ਫਿਲ ਹੀ ਆਇਆ ਸਾਰੇ ਨੇ ਲੋ ਮਾਰਿਆ ਉਹ ਅੰਦਰ ਆਇਆ ਸਪਰੇ ਉਹ ਨੋ ਨੋ ਉਹ ਮੈਂ ਵੀ ਕਰੇ ਬਾਈ ਬਾਕੀ ਗੱਲਾਂ ਦੀਆਂ ਗੱਲਾਂ ਗੁਪਤੇ ਨੇ ਬਹੁਤ ਮਾਰੀਆਂ ਗੁਪਤੇ ਨੇ ਕੀ ਵੀਡੀਓ ਦੇਖ ਬਾਈ ਕਰਦਾ ਤੂੰ ਕੱਚਾ ਜਿਹਾ ਹੋ ਗਿਆ ਆ ਕਿਉਂ ਗੱਲਾਂ ਕਰ ਲੈਂਦੇ ਆ ਤੂੰ ਕੁਛ ਵੀ ਨੀ ਹੋਇਆ ਨਹੀਂ ਹੋਇਆ ਚਲੋ ਸਾਰਿਆਂ ਨੂੰ ਅਸੀਂ ਅੱਜ ਇਕੱਠੇ ਹੋਏ ਆ ਇਹਦੇ ਜਨਮ ਦਿਨ ਦੀ ਪਾਰਟੀ ਤੇ ਸਤਿ ਸ੍ਰੀ ਅਕਾਲ ਕਰ ਦੋ ਸਾਰੇ ਜਾਣੇ ਆਪਦਾ ਕੱਲ ਹੋ ਗਿਆ ਮੁੰਡੇ ਦਾ ਚੋਪਰ ਦਾ ਕੱਲ ਹੋ ਗਿਆ ਜਨਮ ਦਿਨ ਤੇ ਅੱਜ ਆ ਰਿਹਾ ਚੁੱਪ ਉਹ ਸੀ ਉਹ ਤੇਰਾ ਹੀ ਮੁੰਡਾ ਕੁਕਿੰਗ ਚ ਦਿਖਾਉਣ ਲੱਗਾ ਆ ਦੇਖ ਲਿਓ ਸਾਰੇ ਜਾਣੇ ਆਹਣਾ ਦਿਖਾ ਕੋਈ ਨਾ ਮੁੰਡੇ ਨੂੰ ਨਵੀਂ ਸ਼ਿਫਟ ਮਿਲੀ ਅੱਜ ਕਿੱਥੇ ਜਾਣ ਲੱਗਾ ਕੰਮ ਲੀਕ ਹੋ ਜੂਗਾ ਫਿਰ ਸਾਰੇ ਲੱਗਣ ਲੱਗ ਨਹੀਂ ਉਹ ਤਾਂ ਲੱਗ ਜੂਗੇ ਦੱਸ ਕਿੱਥੇ ਚੱਲਾ ਕੰਮ ਕੇਐਫਆਈ ਕੰਪਨੀਆਂ 100 ਵਾਲੀ ਆ ਬਈ ਅਸ਼ੀਆ ਨਜ਼ਾਰਾ ਆਉਂਦਾ ਪਹਿਲੀ ਸ਼ਿਫਟ ਲਾਈ ਮੁੰਡੇ ਨੇ ਲੱਤਾਂ ਹਾਂ ਇੱਧਰ ਧਾਕਾ ਹੋ ਗਈ ਸ਼ਿਫਟ ਉਹ ਫੱਕ ਕਿੰਨੇ ਘੰਟੇ ਦੀ 9 ਘੰਟੇ ਬਈ ਲੱਤਾਂ ਕੀ ਲੱਤਾਂ ਦਾ ਕੀ ਹਾਲ ਆ ਬਸ ਸਹੀ ਆ ਬਈ ਪਹਿਲਾਂ ਹੀ ਲੱਗੀ ਆ ਅੱਛਾ ਇੰਟਰਵਿਊ ਦੇਣ ਲਾ ਪਿਆ ਇਹ ਮੈਂ ਪਹਿਲੀ ਕਰੀ ਆ ਤੇ ਆ ਰਹੀ ਹੈ ਜਿਹੜਾ ਵੀ ਆ ਕਰਦੇ ਆ US ਪੋਲੋ ਤੇ ਆਹੀ ਵਰਤਦਾ ਇਹਨੇ ਪੈ ਜਾ ਕੀ ਹੋਇਆ ਉਹ ਫਿਰ ਐਪਲ ਥੋੜੋ ਹੈ ਯਾਰ ਐਪਲ ਦੀ ਗੱਲ ਐਪਲ ਦੀ ਹੁੰਦੀ ਆ ਤੂੰ ਮੰਨ ਜਾ ਭੈਣ ਚੋ ਉਹ ਦੇਖ ਖਰਾਬ ਹੋ ਗਏ ਜਕਾਰਾ ਸ਼ੇਰ ਵਾਲੀ ਦਾ ਬੋਲ ਸਾਚੇ ਦਰਬਾਰ ਕੀ ਸ਼ੀਸ਼ੇ
ਕਿੱਥੇ ਮੇਰੇ ਦਰਸ਼ਕਾਂ ਨੂੰ ਦੱਸਦੇ ਜਿਹੜੇ ਕੈਨੇਡਾ ਰਹਿੰਦੇ ਆ ਕਿ ਮੋਂਟਰੀਅਲ ਕਿਉਂ ਜਾਣ ਦਾ ਕੀ ਵਿਸ਼ੇ ਆ ਤੁਹਾਡਾ? ਕਿਉਂ ਕਿਉਂ ਮੋਂਟਰੀਅਲ ਜਾਣ ਦਾ ਮੇਨ ਕਾਰਨ ਕੀ ਆ ਤੁਹਾਡਾ? ਅੱਜ ਮੁੰਡਾ 16 ਪ੍ਰੋ ਦੀ ਮੈਕਸ ਦੀ ਪ੍ਰੋ ਮੈਕਸ ਦੀ ਪ੍ਰੋ ਮੈਕਸ 1 TV 1 TV ਦੀ ਬੁਕਿੰਗ ਕਰਾ ਕੇ ਆਇਆ 64 TV ਕੈਸਾ ਲੱਗ ਰਿਹਾ 16 TV 16 ਪ੍ਰੋ ਮੈਕਸ 1 TV ਬੁੱਕ ਕਰਾਣੇ ਕੇ ਬਾਅਦ 1 ਟਾਈਮ ਟੂ ਆਈ ਫੀਲ ਓਵਰ ਦ ਮੂਨ ਔਰ ਰੋਲ ਨਾ ਪਾਇਆ ਤੁਹਾਡੇ ਫੈਮਿਲੀ ਰਹਿੰਦੀ ਹੈ ਉੱਤੇ ਮੈਂ ਨਾ ਹੀ ਕਾਰ ਪੇ ਪੇਮੈਂਟ ਬਿੱਲ ਲਾਈਕ ਬਿੱਲ ਸੋ ਆਈ ਥਿੰਕ ਮਾਈ ਗਾਂਡੇ ਦੇ ਫਟੇ ਜੀ ਆਈ ਸੀ ਜਿੰਦਾਬਾਦ
I am stuck in English. You can speak in Hindi. No, Punjabi. You are speaking daily, bro. Okay, हम हिंदी में बात करें. Yeah, that's right. Yeah. आप पूछिए. कैसे क्या विचार है आपका? किसके बारे में? सोला प्रो के बारे में. हाँ, हमारे विचार बहुत अच्छे हैं क्योंकि वो स्कूल में काफी ऐसी खासियत आने वाली है. तो जैसे कि क्या? जैसे कि कैमरे में अपडेट हो रही है. क्या अपग्रेड कर रहे हैं? क्या नहीं आ रहा यार? क्वेश्चन क्यों नहीं पूछ रहे हैं उनसे? नहीं, ਬੇਰੁਜ਼ਗਾਰ ਆ ਤਾਂ ਵੀ ਤੁਸੀਂ ਫੋਨ ਲੈ ਲਿਓ, ਇਹਦੇ ਉੱਤੇ ਕੀ ਵਿਚਾਰ ਆ ਤੇਰੇ? ਨਹੀਂ, ਆਪਣੇ ਕੋਲ ਕੰਮ ਹੈਗਾ ਥੋੜਾ. ਹਿੰਦੀ ਪੰਜਾਬੀ ਹਮਾਰੇ ਪਾਸ
लेकिन जहाँ तक हमको याद है आपने घर तोड़ा था घर बना दे लेकिन अभी आप तोड़ के आए बस बहुत नॉर्मल बात है अब घर बनाना है उसे तोड़ना तो पड़ेगा क्यों खाली जगह लेके घर बनाएंगे अपना खाली जगह बहुत एक्सपेंसिव है क्यों किसने का अच्छा बाकी बातें छोड़िए आप हमें फोन के बारे में बताइए तो आपको फोन कैसा लगा आपके विचार पेश कीजिएगा बुक करवाया लेकिन आप ज्यादा एक्साइटेड आप सुबह से आईफोन की लॉन्चिंग देख रहे हैं बुक किया कहता मैं कल अज सज्जन बेली सारे कट्ठे होए तक दो बंदे होर रहिंदे आ मिस करदा मुंडा एक होर केक आ गया जी चैनल तो हमारे साथ आपका क्या सवाल है शादी के बारे में लेकिन आप इंटरव्यू देने हमें आए तो आप बताओ भाई कोई है ना तू पढ़ गवाही लैंदा कि मुंडे ने कुछ किया है तो सारे बोली भाई मैं कहंदा सी मैनू जे काम तो नहीं कढ़िया ते ए भरा दी सप्ली मैं भर दांगा 3000 है ना सप्ली दातियां दी बेचारी नहीं हेल्प करनी पड़नी तू हेल्प करनी पूरी गल दसड़ी फिर बस मुड़ांगा पैसे रमन भाई एक तू ही भी हेल्प करनी ना मैं ते नाल ही तेरे होए चाके वीडियो 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 एदी भी बना दी भाई ठीक गल दी ओ ठीक ठाक सारे मेरे हां जी तो तू किदा और अच्छा तू भोरे ना कर वे तू पान इकट्ठी कर ली उत्तर ली 3400 दे जेड़े उत्ते लग रहे तू पान पूण दे दी उत्ते वाला हां मैं तेनु सेंट भी नहीं देना मैं तेनु नहीं दादा ओ तेरी उम्मीद भी नहीं है इधर उम्मीद है मेनू ਬਾਕੀ ਆਪਾਂ ਗੋ ਫੰਡ ਪਾਵਾਂਗੇ ਜੇ ਤੁਸੀਂ ਕਰ ਸਕਦੇ ਹੋ ਤਾਂ ਤੁਸੀਂ ਕਰ ਦਿਓ
ਕਿਉਂਕਿ ਮੁੰਡਾ ਆਪਣੀ ਮਰਜ਼ੀ ਨਾਲ ਨਹੀਂ ਸਪਲੀ ਲੈ ਕੇ ਆਇਆ ਤੇ ਗੱਲ ਵੀ ਸਪਲੀ ਦੀ ਆ। ਚੋ ਬਾਈ ਜੀ ਤੱਕ ਤਾਂ ਇੱਕ ਸਪਲੀ ਆਈ, ਅੱਗੇ ਵੀ ਦੇਖਦੇ ਕੀ ਬਣਦਾ ਆ। ਇੱਕ ਸਪਲੀ ਆਪਾਂ ਕੀ ਮੇਲ ਕਰੋ, ਅੱਗੇ ਨਹੀਂ ਆਏ ਬਾਈ। ਇੱਕ ਸਪਲੀ ਤੇ ਆਪਾਂ ਕੱਢ ਦਾਂਗੇ, ਦੋ ਤਿੰਨ ਦਾ ਅੱਡੇ ਵੱਲ ਵੀ ਔਖਾ ਹੀ ਆ ਬਾਈ। ਰੱਬ ਕੀ ਕਿਰਪਾ ਕਰੋ ਮੁੰਡਾ ਆਏ ਤੇ ਸਾਨੂੰ ਜਿੰਨਾ ਕੁ ਭਰੋਸਾ ਹੈਗਾ ਦੋ ਤਿੰਨ ਤੇ ਆਊਗੀਆਂ। ਬਾਬੂ ਦੇ 25 ਲੱਖ ਦਾ ਮੋਲ ਕਰਾ ਪਿਆ। ਉਹ ਦੀਦੀ ਕਹਿੰਦਾ ਦੀਦੀ ਨਹੀਂ ਬਣਦੀ ਮੇਰੇ ਮੁੰਡਿਆਂ ਨਾਲ ਭਾਈ। ਕੁੜੀਆਂ ਨੂੰ ਮੈਂ ਪੁੱਛਿਆ ਮੈਂ ਕੁੜੀ ਨੂੰ ਫਰੈਂਡ ਕਿਉਂ ਨਹੀਂ ਬਣਾ, ਕੋਈ ਗਰਲ ਫਰੈਂਡ ਬਣਾ ਲਾ। ਕਹਿੰਦਾ ਕਹਿੰਦਾ ਮੇਰੇ ਅਸਾਈਨਮੈਂਟ ਉਹਨਾਂ ਨੂੰ ਹਟ ਜਾਣਗੀਆਂ। ਮੈਂ ਵੀਰ ਜੀ ਕਹਿੰਦਾ ਮੈਨੂੰ ਕਹਿੰਦਾ ਗਰਲ ਫਰੈਂਡ ਬਣਾ ਲਾ। ਮੈਂ ਨਹੀਂ ਬਾਜੀ, ਮੇਰੀ ਇੰਡੀਆ ਹੈਗੀ ਆ, ਇੱਥੇ ਆਪਾਂ ਫਰੈਂਡ ਹੀ ਠੀਕ ਆ। ਫਰੈਂਡ ਤੋਰ ਜੀ ਮੇਰੀ ਅਸਾਈਨਮੈਂਟ ਹੋਈ ਜਾਣੀ, ਮੈਂ ਆਪਣੇ ਪੈਰ ਤੇ ਜ਼ਰੂਰ ਘਲਾਰੀ ਮਾਰਾਂ ਯਾਰ। ਜੇ ਨਾ ਕਰਤੀ ਅਗਲੀਆਂ ਨੇ ਫਿਰ ਅਸਾਈਨਮੈਂਟਾਂ ਤੋਂ ਵੀ ਜਾਵਾਂਗਾ ਯਾਰ। ਕੋਮਨਸ ਦੀ ਗੱਲ ਆ। ਚਲੋ ਮੈਂ ਪਰਸਨਲ ਟੌਪਿਕ ਤੇ ਤਾਂ ਗੱਲ ਨਹੀਂ ਕਰਦਾ, ਬੇਇੱਜ਼ਤੀ ਹੋ ਜਾਣੀ ਆ। ਬਾਕੀ ਸਮਝਦਾ ਯਾਰ ਮੈਂ। ਮੁੰਡਾ 25 ਲੱਖ ਦਾ ਮੁੱਲ ਤਾਰ ਰਿਹਾ ਹੈ। ਤੂੰ 25 ਲੱਖ ਦਾ ਮੁੱਲ ਤਾਰਿਆ, 25 ਲੱਖ ਦੇ 60-60 ਡਾਲਰ ਹੋਰ ਉੱਤੇ ਕਨੇਡਾ ਜੀ ਅਮਰੀਕਾ ਬਣਾ ਦੇਣਾ ਆ। ਤੂੰ ਕਨੇਡਾ ਨੂੰ ਅਮਰੀਕਾ ਬਣਾਉਣਾ, ਤੂੰ ਨੀ ਬਣਨਾ। ਤੂੰ ਮੈਨੂੰ ਲੱਗਦਾ ਕਨੇਡਾ ਨੂੰ ਬਿਹਾਰ ਬਣਾਉਣ ਨੂੰ ਫਿਰ ਬਿਹਾਰ ਯਾਰ ਰੋਲਾ ਨਾ ਪਾਓ ਤੁਹਾਨੂੰ ਪਤਾ। ਮੈਂ 16 ਪ੍ਰੋ ਬੁੱਕ ਮੈਕਸ ਕਰਾ ਕੇ ਆਇਆ, ਮੈਂ ਮਾੜੇ ਮੂਡ ਰੱਖੂਗਾ। ਮੂਸੇ ਦੀ ਗੱਲ ਓਏ, ਮੂਸੇ ਬੇਇੱਜ਼ਤੀ ਕਰੀ ਜਾਂਦੇ ਆ। ਡਰੈਡ ਮੂਡ ਰੱਖਦਾ ਪਹਿਲੇ ਰਮਨ, ਪਹਿਲੇ ਮੂਸੇ ਕਹਿੰਦੇ ਸੀ ਅੱਧੇ ਰਸਤੇ ਤੇ ਜਾਂਦੇ ਜਾਂਦੇ ਮੈਂ ਬੰਟੀ ਵੀ ਲੈ ਕੇ ਆਉਂਦਾ ਜਦੋਂ ਬੁੱਕ ਕਰਾਇਆ। ਫਿਰ ਰਮਨ ਨੂੰ ਕਹਿੰਦਾ ਉਹ ਬੰਟੀ ਵੀ ਦੇ, ਮੈਂ 500 ਨਹੀਂ ਕੀਤੀ। ਉਹ ਰਮਨ ਨੇ ਕਹੀ ਬੰਟੀ ਵੀ ਲੈ ਕੇ ਆਉਂਦਾ ਹੈ। ਕਿੰਨੀ ਲੱਗੀ? 150 ਡਾਲਰ ਲੱਗ ਗਿਆ। 20 ਸਪਟੈਂਬਰ, ਕੱਲ 20 ਸਪਟੈਂਬਰ ਨੂੰ ਮਿਲ ਜਾਣਗੇ ਫੋਨ। ਤੂੰ ਵੀ ਕਰਾਈ ਆ ਰੈਮ ਨਹੀਂ ਹੁੰਦੀ 512 GB। ਸਨੀ ਗਾਲ ਪਾ ਦੇ ਆਟਾ ਮਾਟਾ ਦੇ ਦੇ ਅੱਜ ਮੂਸੇ ਉਹ ਮੈਂ ਦਿੰਦਾ ਹੀ ਉਹ ਲੈਂਦਾ ਨੀਗਾ।
ਉਹ ਪਤਾ ਨੀ ਕਿਉਂ ਨੀ ਲੈਂਦਾ ਕਿਹਦਾ ਲੈਣਾ ਉਹਨੇ ਮੇਰਾ ਲੈਣਾ ਉਹਨੇ ਪਲਾਵਾ ਮੇਰੇ ਕੋਲ ਤਾਂ ਇੱਕ ਹੀ ਫੋਨ ਪਿਆ ਯੂ ਕੈਨ ਸੀ ਇਨ ਮਾਈ ਪੋਕਿਟ ਐਂਡ ਦੈਟਸ ਮਾਈਨ ਮੈਨੂੰ ਲੱਗਦਾ ਤੇਰਾ ਨਾਂ ਹੀ ਨੀ ਪੂਰਾ ਹੋਣਾ ਇਸ ਹਰਪ੍ਰੀਤ ਲਿਖਣ ਲੱਗਾ ਵੰਡ ਮਾਰਦੀ ਚੋਂਚ ਨਾਲ ਲਿਖਣਾ ਡਿਜ਼ਾਈਨ ਉੱਤੇ ਸਾਲ ਢੇਡੇ ਜਾਲ ਖਰਾਬ ਹੀ ਹੋਣਾ ਇਹ ਗੱਲ ਧਿਆਨ ਹੀ ਕੀਤੀ ਹੈ ਹਰਪ੍ਰੀਤ ਉਰਫ ਜੱਕਾ ਮੈਨੂੰ ਸੱਚ ਸੱਚ ਦੱਸੀ ਤੂੰ ਜੱਕਾ ਜੇ ਤੂੰ ਸਮਝਣ ਨਹੀਂ ਸੀ ਨਾ ਬਾਈ ਮੈਂ ਜੱਕਾ ਮੂਵੀ ਵੀ ਦੇਖੀ ਤੂੰ ਇਹ ਕੀ ਗੱਲ ਕਰਦਾ ਗਾ ਉਹ ਵੈਬ ਸੀਰੀਜ਼ ਪੰਜਾਬੀ ਮਤਲਬ ਪਹਿਲੇ ਸਾਰੇ ਜਾਣੇ ਮੁੰਡੇ ਨੂੰ ਮੁਬਾਰਕਾਂ ਦੇ ਦੋ ਮੁੰਡੇ ਦਾ ਵਰਕ ਪਰਮਿਟ ਆ ਗਿਆ ਆ ਆ ਜਾਣੀ ਚੱਲ ਆਉਂਦੀ ਆ